लड़ाई का की कारण है कोई दसूंगे जा लड़ाई का कारण है मरीज का कारण है एक कुड़िया एडमिट सी इन्हें अभी तो देखने वास्ते आए हैं जी मल्लेदारी करके अभी देखने वास्ते आए हैं डॉक्टर साहब का बेहोश सही नहीं मैं डॉक्टर साहब इतना की गल कहते नहीं ट्रीटमेंट कराना मैं कहा सर ट्रीटमेंट नहीं कराना है इन्होंने छुट्टी करा दो कहते कोई गल सर करा लो छुट्टी ठीक है कहते कोई गल नहीं फिर डॉक्टर साहब ने जोड़े है उत्थे तत्ते हुए मुंडे का कहते यार तू बोलता कि तू बोलता डॉक्टर साहब आप खिंच के लैके आए हैं कहते कि यार तू थले आ मैं देख लेना तेन केड़े डॉक्टर ने कहा यूनियन डॉक्टर है मैं नहीं पता केड़ा डॉक्टर है यूनियन डॉक्टर वो कहता मैं यूनियन डॉक्टर जिदा दसा गया क्लिटिकल कंडीशन सी बच्चे की साइन करन नू कहंदे सीगे साइन उसले सर कहंदे साइन करन नू कहंदे सीगे कहंदे यार तुसी देखो मेरी भैन एक तो बीमार बच्चा उहदे तुसी मेरे नाल गल करो मैं गार्डियन नाल करदा तुसी मेरे नाल गल करो बजी सिंह दा नंबर हैगा सही ना तुसी मेरे नाल गल करो मैं साइन कराने उहदे सामने कहूगा वो सीरियस हो जांदी है बस यही गल होई और सर नहीं कोई गल जिदा देखेगा तुहाडे नाल कोई लड़का सीगा होर अरविंद ठीक है अगले वो आए थे पहले मैं मिलने वास्ते डॉक्टर साहब ने मैं गल की थी ठीक है नाल दे दस सके कि ਤੁਹਾਨੂੰ ਅੰਦਰ ਬੰਨ ਕੇ ਰੱਖਿਆ ਬੰਦੇ ਬਣਾ ਕੇ ਆਣੇ ਦੇ ਦੇ ਕੀ ਗੱਲ ਬਾਤ ਹੈ ਕਹਿੰਦੇ ਤੁਸੀਂ ਬੰਨ ਕੇ ਰੱਖਿਆ ਨੇ ਮੈਨੂੰ ਕੁੱਟਿਆ ਵੀ ਆ ਉੱਥੇ ਬਣਾ ਕੇ ਨਾ ਵੀਡੀਓ ਡਿਲੀਟ ਕਰੋ ਆਹੀ ਗੱਲ ਹੋਈ ਸਰ ਉਹ ਨਹੀਂ ਕੋਈ ਗੱਲ ਜਿਹੜਾ ਲੜਕਾ ਡਾਕਟਰ ਵੱਲੋਂ ਕਿਹਾ ਗਿਆਗਾ ਵੀ ਜੇ ਲੜਾਈ ਹੋਈ ਸੀਗੀ ਇਹ ਕਾਰਨ ਜਿਹੜਾ ਤੁਹਾਡੇ ਨਾਲ ਲੜਕਾ ਸੀ ਉਹ ਹਾਈਪਰ ਹੋਇਆ ਸੀਗਾ ਤਾਂ ਕਰਕੇ ਲੜਾਈ ਵਧੀ ਹੈ ਪਹਿਲੀ ਗੱਲ ਤਾਂ ਸਰ ਮੇਰੇ ਨਾਲ ਕੋਈ ਲੜਕਾ ਨਹੀਂ ਸੀਗਾ मैं तो गल क्लीयर करना चाहता कि मेरे ना कोई गल लड़का नहीं वो मोना के भरा लड़की का भरा पहले मैं पहले आया वो बाद चो आया वो बाद चो आया लड़की का ब्रदर जी एडमिट सी एडमिट सी ब्रदर की नाम जी अभिषेक नाम से जी चार पांच हमला करता ਡਾਕਟਰ ਸਾਹਿਬ ਕੀ ਮਤਲਬ ਪ੍ਰੋਬਲਮ ਕੀ ਸੀ ਮਰੀਜ਼ ਨੂੰ ਜਦੋਂ ਦਰਦ ਹੋਇਆ ਜਿਹੜਾ ਸੀਗਾ ਪੀਰੀਅਡ ਨੂੰ ਸੀਗਾ ਬੁਖਾਰ ਸੀਗਾ ਉਹ ਕਾਫੀ ਸੀਰੀਅਸ ਸੀ ਅੱਛਾ ਠੀਕ ਹੈ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਜਾਂ ਤਾਂ ਤੁਸੀਂ ਸਾਈਨ ਕਰ ਦੋ ਵੀ ਆਈਸੀਯੂ ਸ਼ਿਫਟ ਕਰਨਾ ਠੀਕ ਹੈ ਜਾਂ ਤੁਸੀਂ ਰੈਫਰ ਕਰ ਠੀਕ ਹੈ ਉਹ ਸਾਈਨ ਦਾ ਸੀਗਾ ਵੀ ਤੁਸੀਂ ਕੱਲ ਨੂੰ ਸਾਈਨ ਕਰ ਦੋ ਰੱਬ ਨਾ ਕਰੇ ਕੁਝ ਹੋਈ ਤੇ ਵੀ ਫਿਰ ਸੀਰੀਅਸ ਠੀਕ ਹੈ ਉਹ ਬਜਾਏ ਕਿ ਸਾਈਨ ਕਰਦੇ ਆ ਪਤਾ ਲੱਗਾ ਕਿਸੇ ਦਾ ਸਾਈਨ ਕਰ ਇੱਕਦਮ ਹੀ ਅਟੈਕ ਕਰਤਾ
ਉਹਨਾਂ ਨੇ ਪ੍ਰਿਜਨਰ ਆਪਾਂ ਪੱਖ ਲਿੱਤਾ ਬਾਹਰ, ਉਹ ਕਹਿ ਰਹੇ ਕਿ ਆਪਾਂ ਡਾਕਟਰ ਸਾਹਿਬ ਨੂੰ ਕਿਹਾ ਕਿ ਛੁੱਟੀ ਦੇ ਦਿੱਤੀ ਜਾਵੇ ਸਾਡੇ ਮਰੀਜ਼ ਨੂੰ, ਆਪਾਂ ਕਿਤੇ ਹੋਰ ਦਾ ਰੈਫਰ ਕਰਨਾ, ਪਰ ਉਹਨਾਂ ਨੇ ਨਾ ਹੀ ਸਾਨੂੰ ਛੁੱਟੀ ਦਿੱਤੀ ਹੈ ਨਾ ਹੀ ਕਹਿੰਦੇ ਕਿ ਆਪਾਂ ਜਾਣਾ ਕਿਹਾ ਤੁਸੀਂ ਲਾਮਾ 'ਤੇ ਸਾਈਨ ਕਰੋ। ਅੱਛਾ ਜੀ, ਲਾਮਾ ਹੀ ਲੈਫਟ ਲੈਫਟ ਅਗੇਂਸਟ ਮੈਡੀਕਲ ਐਡਵਾਈਸ 'ਤੇ ਸਾਈਨ ਕਰੋ, ਜਿਹੜਾ ਪ੍ਰੋਸੀਜਰ ਹੈਗਾ ਬਸ, ਉਹਨਾਂ ਇਸ ਤੋਂ ਜ਼ਿਆਦਾ ਕੁਛ ਕਿਹਾ ਨਹੀਂ ਉਹਨਾਂ। ਜਿਹੜੀ ਵਾਰਦਾਤ ਹੋਈ ਉਹਦੇ ਸੀ ਸੀ ਟੀ ਵੀ ਤਾਂ ਲੱਗੇ ਹੋਣੇ, ਉਹ ਉੱਤੇ ਸੀਗੇ, ਉਸ ਜੋ ਕੁਛ ਹੋਇਆ ਜਿੱਥੇ ਹੋਇਆ ਸੀੜੀਆਂ 'ਤੇ ਉੱਥੇ ਨਹੀਂ ਹੈ, ਜਿੱਥੇ ਨਹੀਂ ਹੈਗੀ ਸੀ ਸੀ ਟੀ ਵੀ। ਠੀਕ ਹੈ, ਕਿਉਂਕਿ ਅਦਰਵਾਈਜ਼ ਉਹਨਾਂ ਸੀ ਕਿਹਾ ਲਾਮਾ ਲਈ ਵਿੱਚ ਲੈ ਉਹ ਲਾਮਾ ਮੀਨਸ ਲੈਫਟ ਅਗੇਂਸਟ ਮੈਡੀਕਲ ਐਡਵਾਈਸ। ਅਤੇ ਉਹ ਕਹਿੰਦੇ ਸਾਡੀ ਇੱਕ ਗੱਡੀ ਪਾਰਕਿੰਗ 'ਚ ਖੜੀ ਸੀ ਜਿਹੜੀ ਕਿ ਰੋਕ ਦਿੱਤੀ ਗਈ, ਉਹ ਗੱਡੀ ਨੂੰ ਜਾਣ ਵੀ ਨਹੀਂ ਦਿੱਤਾ ਜਾ ਰਿਹਾ। ਨਹੀਂ ਯਾਰ, ਜਦੋਂ ਉਹ ਬੰਦੇ ਸਾਡੇ ਬੰਦੇ ਅਟੈਕ ਕਰ ਰਹੇ ਨੇ ਅਤੇ ਉਹ ਬੰਦੇ ਵਿਚਾਰੇ ਉਹਨੂੰ ਬਚਾਉਣ ਲਈ ਖੜੇ ਨੇ, ਤਾਂ ਉਹ ਤਾਂ ਕੁਛ ਕਹੀ ਜਾਂਦੇ। ਜਿਹੜਾ ਮਰੀਜ਼ ਹੈ ਉਹਦੀ ਉਮਰ ਕਿੰਨੀ ਹੈਗੀ ਹੈ? ਉਹ ਵੇਖਦਾ ਆਈ ਥਿੰਕ ਉਹਦਾ ਮੇਲ ਅੰਡਰ ਨਹੀਂ ਸੀ, ਮੈਡਮ ਦੇ ਅੰਡਰ ਸੀਗਾ, ਉਹਦਾ ਬੱਚਾ ਹੈਗਾ ਛੋਟਾ, ਉਹ ਤਾਂ ਚਲੇ ਗਏ, ਉਹਨਾਂ ਦਾ ਤਾਂ ਜਿਹੜਾ ਸੀਗਾ ਉਹ ਤਾਂ ਬੱਚਾ ਜਾ ਚੁੱਕਾ। ਅਤੇ ਉਹਨਾਂ ਦੇ ਇੱਕ ਬੰਦੇ ਭਰਾ ਵਾ, ਪਤਾ ਨਹੀਂ ਕੌਣ, ਉਹ ਕਹਿੰਦੇ ਉਹਦਾ ਸਿਰ ਸੁਰ ਵੀ ਪਾੜ ਦਿੱਤਾ ਗਿਆ ਉਹਨਾਂ ਨੇ ਜੀ। ਪਹਿਲੇ ਇਹਨਾਂ 'ਤੇ ਜਦ ਅਟੈਕ ਕੀਤਾ ਉਹਦੇ ਸਿਰ 'ਤੇ ਸਿਲੰਡਰ ਮਾਰਿਆ ਸਾਡੇ ਡਾਕਟਰ 'ਤੇ। ਠੀਕ ਹੈ, ਅਗਰ ਤੁਸੀਂ ਦੇਖਣਾ ਚਾਹੁੰਦੇ ਮੈਂ ਤਾਂ ਉਹਦੀ ਦਿਖਾ ਦਿੰਦਾ, ਪੂਰੀ ਅੱਖ ਉਹਦੀ ਸੁੱਜੀ ਵੀ ਸਭ ਕੁਛ ਆ ਗਿਆ। ਠੀਕ ਹੈ, ਠੀਕ ਹੈ ਨਾ, ਉਹ ਜਦੋਂ ਤੁਸੀਂ ਸਿਰ 'ਤੇ ਸਿਲੰਡਰ ਮਾਰ ਰਹੇ ਤਾਂ ਵਿਚਾਰਾ ਕੁਛ ਹਿੱਲੇ ਵੀ ਨਾ ਹੈ ਨਾ। ਸਰ ਤੁਸੀਂ ਕਾਰਵਾਈ ਕਰੋਗੇ ਹੁਣ? ਹਾਂ ਜੀ, ਉਹ ਕਰਾਂਗੇ ਅਸੀਂ ਕਰ ਰਹੇ। ਨਹੀਂ, ਹੁਣ ਤੁਸੀਂ ਪੁਲਿਸ ਨੂੰ ਆਪ ਲਾਇਆ, ਵੈਸੇ ਹੋਸਪਿਟਲ ਹੰਗਾਮਾ ਕਰ ਰਹੇ, ਬਾਕੀ ਮਰੀਜ਼ ਵੀ ਪਰੇਸ਼ਾਨ ਹੋ ਰਹੇ। ਨਹੀਂ, ਅਸੀਂ ਨਹੀਂ ਹਾਲੇ ਬੁਲਾਇਆ, ਕਿਉਂਕਿ ਅਸੀਂ ਇਹਦੀ ਚੀਜ਼ਾਂ ਨਹੀਂ ਪੈਣ ਚਾਹੁੰਦੇ, ਬਟ ਜੇ ਹੋਏਗਾ ਤਾਂ ਅਸੀਂ ਬੁਲਾਓ। ਠੀਕ ਹੈ, ਨਾ ਹੋਵੋ ਪਰੇਸ਼ਾਨ, ਸਾਰੇ ਇਲਮਾਂ ਦੀ ਕਾਟ ਮੇਰੇ ਕੋਲ। ਬੇਗਮ ਸ਼ਹਿਨਾਜ਼ ਜੀ, 25 ਸਾਲ ਦਾ ਤਜੁਰਬਾ, 9 ਇਲਮਾਂ ਦੀ ਤਾਕਤ, ਮੇਰੇ ਕਿੱਤੇ ਨੂੰ ਕੋਈ ਕੱਟ ਨਹੀਂ ਸਕਦਾ। ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ, ਪਤੀ ਪਤਨੀ 'ਚ ਅਣਬਣ ਜਾਂ ਘਰੇਲੂ ਕਲੇਸ਼, ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ, ਗ੍ਰੀਨ ਕਾਰਡ ਅਤੇ PR ਵਿੱਚ ਰੁਕਾਵਟ, ਵਸ਼ੀਕਰਨ, ਜਾਦੂ ਟੂਣਾ, ਗੁਪਤ ਵਸ਼ੀਕਰਨ ਕਰਵਾਓ, ਮਨਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ, ਲਾਟਰੀ ਚਾਹੇ ਕੋਈ ਵੀ ਹੋਵੇ ਜ਼ਰੂਰ ਨਿਕਲੇਗੀ, ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜ਼ਰੂਰ ਕਰੋ ਅਤੇ ਸੱਚਾਈ ਜਾਣੋ, ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ। ਬੇਗਮ ਸ਼ਹਿਨਾਜ਼ ਜੀ, ਸੰਪਰਕ ਕਰੋ 87250-40658, 8725040658।